ਜਿੱਥੇ ਪੰਜਾਬ ਵਿੱਚ ਧੁੰਦ ਦੇ ਕਹਿਰ ਦੇ ਚੱਲਦੇ ਸੜਕ ਹਾਦਸੇ ਵੱਧ ਰਹੇ ਨੇ, ਉੱਥੇ ਸਰਦੀਆਂ ਦੇ ਮੌਸਮ ਵਿੱਚ ਠੰਡ ਵੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਇਸ ਠੰਡ ਦੇ ਵਧਣ ਕਾਰਨ ਬਿਮਾਰੀਆਂ ਵੀ ਵੱਧ ਰਹੀਆਂ ਨੇ। ਮਾਮਲਾ ਬਠਿੰਡਾ ਦੇ ਸਿਵਲ ਹਸਪਤਾਲ ਦਾ ਹੈ, ਜਿੱਥੇ ਬੱਚਾ ਵਿਭਾਗ ਦੀ ਓਪੀਡੀ ਵਿੱਚ ਲਗਾਤਾਰ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਦੇਖੋ ਅਸੀਂ ਜੇ ਲੇਮੇ ਲੈਂਗੁਏਜ 'ਚ ਗੱਲ ਕਰਦੇ ਹਾਂ ਕਿ ਸਰਦੀ ਆਉਂਦੀ ਵੀ ਅਤੇ ਸਰਦੀ ਜਾਂਦੀ ਹੀ ਹਮੇਸ਼ਾ ਤੰਗ ਕਰਦੀ ਹੈ, ਕਿਉਂਕਿ ਇੱਕੋਦਮ ਸਮਾਂ ਬਦਲਣ ਨਾਲ ਜਿਹੜਾ ਟੈਂਪਰੇਚਰ ਘਟਣ ਨਾਲ ਜਲਦੀ ਜਲਦੀ ਕਈ ਵਾਰ ਆਪਾਂ ਉਸਦਾ ਅਹਿਸਾਸ ਨਹੀਂ ਹੁੰਦਾ ਵੀ ਇੱਕਦਮ ਟੈਂਪਰੇਚਰ ਘੱਟ ਗਿਆ। ਇੱਕ ਤਾਂ ਠੰਡ ਵਧਣ ਨਾਲ ਜਿਹੜੀ ਪੋਲਿਊਸ਼ਨ ਸੀਗੀ, ਡਸਟ ਸੀ, ਸਮੋਕ ਸੀ, ਉਹ ਨੀਚੇ ਆ ਗਈ, ਉਹਦੇ ਕਰਕੇ ਐਲਰਜੀ ਦੀਆਂ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਗਈਆਂ, ਚਾਹੇ ਅੱਖਾਂ ਦਾ ਜਲਣਾ ਹੈ, ਚਾਹੇ ਉਹ ਦਮੇ ਦੀ ਸ਼ਿਕਾਇਤ ਹੈ, ਐਲਰਜੀ ਦੀਆਂ ਪ੍ਰੋਬਲਮ ਹੈ ਉਹ ਵੱਧ ਗਈਆਂ। ਉਹਦੇ ਨਾਲ ਨਾਲ ਬਾਕੀ ਛਾਤੀ ਦੀਆਂ ਪ੍ਰੋਬਲਮਾਂ, ਨੱਕ ਦਾ ਬੰਦ ਹੋਣਾ, ਜ਼ੁਕਾਮ ਹੋਣਾ, ਖਾਂਸੀ ਹੋਣਾ, ਸਾਹ ਚੜ੍ਹਨਾ, ਇਹ ਸਰਦੀਆਂ 'ਚ ਜਿਸ ਤਰ੍ਹਾਂ ਆਪਾਂ ਜਾਣਦੀ ਹੈ ਕਿ ਪ੍ਰੋਬਲਮ ਹੁੰਦੀਆਂ, ਤਾਂ ਉਹ 2 ਦਿਨਾਂ 'ਚ ਹੀ ਅਸੀਂ ਦੇਖ ਰਹੇ ਹਾਂ ਕਿ ਮਰੀਜ਼ਾਂ ਦੇ ਵੀ ਗਿਣਤੀ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ। ਸੋ ਅਸੀਂ ਇਹ 'ਚ ਇਹੀ ਧਿਆਨ ਦਿੰਦੇ ਹਾਂ ਕਿ ਮੌਸਮ ਨੂੰ ਦੇਖਦੇ ਹੋਏ, ਖਾਸ ਕਰਕੇ ਸਵੇਰ ਦੇ ਟਾਈਮ ਜਾਂ ਲੇਟ ਈਵਨਿੰਗ ਦੇ ਵਿੱਚ ਬੱਚਿਆਂ ਨੂੰ ਬਾਹਰ ਨਾ ਕੱਢਿਆ ਜਾਵੇ, ਥੋੜ੍ਹਾ ਜਿਹਾ ਮੌਸਮ ਦੇ ਮੁਤਾਬਕ ਉਹਨਾਂ ਦੇ ਕੱਪੜੇ ਪਾਏ ਜਾਣ, ਖਾਣਾ ਪੀਣਾ ਵੀ ਥੋੜ੍ਹਾ ਜਿਹਾ ਪੌਸ਼ਟਿਕ ਰੱਖਿਆ ਜਾਵੇ, ਬਹੁਤ ਜ਼ਿਆਦਾ ਫਰਾਈਡ ਮਟੀਰੀਅਲ ਜਿਹੜਾ ਉਹ ਨਾ ਦਿੱਤਾ ਜਾਵੇ, ਅਤੇ ਪਾਣੀ ਲਿਕੁਇਡ ਜਿਹੜਾ ਉਹਨੂੰ ਲੈਣਾ ਚਾਹੀਦਾ। ਇਹਦੇ ਨਾਲ ਨਾਲ ਮੈਂ ਫਿਰ ਵੀ ਇੱਥੇ ਕਹਿਣਾ ਚਾਹਾਂਗਾ ਕਿ ਡੇਂਗੂ ਦੇ ਮਰੀਜ਼ ਵੀ ਹਜੇ ਆ ਰਹੇ ਨੇ, ਸੋ ਉਹ ਇਤਿਹਾਤ ਵੀ ਹਜੇ ਜ਼ਰੂਰੀ ਹੈ, ਹਜੇ ਟੈਂਪਰੇਚਰ ਉਹਨਾਂ ਨਹੀਂ ਹੈ ਕਿ ਡੇਂਗੂ ਦਾ ਮੱਛਰ ਮਰ ਜਾਵੇ। ਸੋ ਆਪਣਾ ਆਲਾ ਦੁਆਲਾ ਘੱਟੋ ਘੱਟ 200 ਫੁੱਟ ਦਾ ਏਰੀਆ ਆਪਣਾ ਆਲਾ ਦੁਆਲਾ ਸਾਫ਼ ਰੱਖੋ, ਪਾਣੀ ਖੜ੍ਹਾ ਹੋਣਾ ਹੋਣ ਦਿਓ, ਪੂਰੀ ਬਾਜੂ ਦੇ ਕੱਪੜੇ ਪਹਿਨਾਓ, ਇਨਡੋਰ ਰਹੋ, ਅਤੇ ਜੇ ਕਿਤੇ ਲੱਗਦਾ ਹੈ ਮੱਛਰ ਹੈ ਤਾਂ ਉੱਥੇ ਸਪਰੇ ਕਰਕੇ ਮੋਸਕਿਊਟੋ ਨੂੰ ਜਿਹੜਾ ਰੋਕਿਆ ਜਾਣਾ ਚਾਹੀਦਾ। ਇਲਾਜ ਦੇ ਵਿੱਚ ਜਿਹੜੀਆਂ ਰੂਟੀਨ ਦੀ ਇਸ ਤਰ੍ਹਾਂ ਪ੍ਰੋਬਲਮ ਹੈ, ਇਹਦੇ ਤਾਂ ਹਮੇਸ਼ਾ ਹੀ ਇਲਾਜ ਠੀਕ ਰਹਿੰਦੇ ਨੇ, ਜ਼ਿਲ੍ਹਾ ਹਸਪਤਾਲ ਹੈ, ਸੋ ਇਹਦੇ ਵਿੱਚ ਜੇ ਕੋਈ ਦਾਖਲ ਦੀ ਲੋੜ ਪੈਂਦੀ ਹੈ, ਚਾਹੇ ਉਹ ਡੇਂਗੂ ਦਾ ਮਰੀਜ਼ ਹੈ, ਚਾਹੇ ਕੋਈ ਨਮੋਨੀਆ ਦਾ ਪੇਸ਼ੈਂਟ ਹੈ, ਜਾਂ ਜਿਹੜੀਆਂ ਰੂਟੀਨ ਹੈ ਉਹਦੀਆਂ ਦਵਾਈਆਂ ਓਪੀਡੀ ਦੇ ਵਿੱਚ ਵੀ ਆਲਮੋਸਟ ਸਾਰੀਆਂ ਦਵਾਈਆਂ ਉਪਲਬਧ ਹਨ। ਇਨਡੋਰ ਦੇ ਵਿੱਚ ਵੀ ਥੋੜ੍ਹੀ ਬਹੁਤ ਸਟਾਫ ਦੀ ਸ਼ੋਰਟੇਜ ਹੈ, ਬਾਕੀ ਮਟੀਰੀਅਲ ਦੀ ਕੋਈ ਸ਼ੋਰਟੇਜ ਨਹੀਂ ਹੈ, ਅਤੇ ਕੋਈ ਹਜੇ ਤੱਕ ਤਾਂ ਦਿੱਕਤ ਨਹੀਂ ਆ ਰਹੀ। ਬਾਕੀ ਆਉਣ ਵਾਲੇ ਦਿਨਾਂ ਵਿੱਚ ਕੁਝ ਮਰੀਜ਼ ਜ਼ਿਆਦਾ ਵੱਧਦੇ ਨੇ ਤਾਂ ਉਹਦੇ ਮੁਤਾਬਕ ਅਸੀਂ ਹਾਇਰ ਅਥਾਰਟੀ ਨੂੰ ਇਨਫੋਰਮ ਕਰਾਂਗੇ।